ਉਤਮ ਖੇਤੀ ਮਦਮ ਵਪਾਰ ਤੇ ਨਖੇਦ ਚੱਕਰੀ ਆ ਹੁਣ ਮੁੰਡੇ ਲਾਣ ਦੇ ਧਨੀਆਂ ਧਨੀਆਂ ਜਿਹੜਾ ਨਾ ਜੀ ਕਹਿੰਦੇ ਹੁੰਦੇ ਆ ਹਿੰਗ ਨਾ ਫਟਕੜੀ ਤੇ ਰੰਗ ਚੋਖਾ ਉਹ ਐ ਦਿਖਾਣੀ ਵੇ ਧਨੀਆਂ ਐ ਧਨੀਆਂ ਜੀ ਤੇਰਾ ਨਾਂ ਕੀ ਵੇ ਸਦਾਕਤ ਅਲੀ ਇਹ ਸਦਾਕਤ ਅਲੀ ਹੈ ਪੁੱਠਾ ਨਾਂ ਕੀ ਹੈ ਚਾਕਾ ਚਾਕਾ ਸਦਾਕਤ ਅਲੀ ਤੂੰ ਵੀ ਉਰੇ ਕਰੀਵੀ ਆਪਣਾ ਮੂ ਤੇਰਾ ਕੀ ਨਾਂ ਹੈ ਨਾਤਾ ਸ਼ਹਾਦ ਆਤਫ ਸ਼ਹਾਦ ਤੇਰਾ ਵੀ ਪੁੱਠਾ ਨਾਂ ਹੈਗਾ ਹਾਂਜੀ ਹਾਂ ਕੀ ਆ ਚਾਵਲ ਇਹ ਜਾਣਦੇ ਇਦਾਂ ਨਹੀਂ ਕਹਿੰਦਾ ਲੋ ਜੀ ਇਹ ਮੁੰਡੇ ਲਾਂਦੇ ਧਨੀਆਂ ਧਨੀਆਂ ਲਾਂਦੇ ਦੋ ਤਰੀਕੇ ਇੱਕ ਤੇ ਹੈ ਛੱਟਾ ਦੇ ਦਿਓ ਅੱਜਕੱਲ ਜ਼ਿਆਦਾ ਲੱਗਦਾ ਛੱਟੇ ਦਾ ਤੇ ਇਸ ਤਰ੍ਹਾਂ ਖੇੜਾਂ ਕੱਢ ਦਿੰਦੇ ਬਾਅਦ ਚ ਲੇਕਿਨ ਉਹ ਫੇਰ ਖੇੜਾਂ ਕੱਢਣ ਵਾਲਾ ਮਾਹਰ ਚਾਹੀਦਾ ਦੂਸਰਾ ਤਰੀਕਾ ਇਹ ਆ ਕਿ ਧਨੀਆਂ ਚੋਕ ਦਿਓ ਗਰਮੀ ਆ ਇਸ ਵਾਸਤੇ ਤੇ ਚੁੰਡੇ ਲਾ ਕੇ ਜਿਸ ਤਰ੍ਹਾਂ ਮੁੰਡੇ ਲਾ ਰਹੇ ਆ ਆ ਦੇਖੋ ਚੁੰਡੇ ਲਾ ਕੇ ਨਾ ਤੇ ਸਿਰ ਦੇ ਉੱਤੇ ਮਕਈ ਲਾ ਦੇਦੀ ਆ ਉਹ ਸਾਹਮਣੇ ਜਿਹੜਾ ਮੁੰਡਾ ਨਜ਼ਰ ਆ ਰਿਹਾ ਉਹ ਮਕਈ ਲਾ ਰਿਹਾ ਮੈਂ 20 ਦਿਖਾ ਲਦਾ ਜੀ ਹੁਣ ਵਾਧਾ ਰੱਖੋ ਇਹ ਤੇ ਦੇਖ ਨਾ ਆ ਬਸ ਸਿਰ ਦੇ ਚਾ ਲਾਉਣੀ ਆ ਸਿਰ ਦੇ ਤਨੀਆ ਆਹ ਜੀ 20 ਕਿਲੋ ਧਨੀਆਂ ਲਿਆਂਦਾ ਸੀ ਇੱਕ ਬਿਗੇ ਵਾਸਤੇ ਇਹ ਜਿੰਨਾ ਲੱਗਿਆ ਛੱਟੇ ਦਿਨ 20 ਕਿਲੋ ਇਸੀ ਹੁਣ ਇਹ ਚੋਪੇ ਲਾਣੇ ਜਿੰਨਾ ਵੀ ਲੱਗਾ 5 ਕਿਲੋ ਮਕਈ ਬੜੀ ਆ ਇਹ ਮੱਕਈ ਜਿਹੜੀ ਐ ਇਹ ਤੇ ਨਫੇ ਦੇ ਵਿੱਚ ਇਸ ਤਰ੍ਹਾਂ ਹੈ ਕਿ ਲਾਣੀ ਆ ਕਿ ਛੋਰਾ ਰਹੇਗਾ ਇਸ ਤਰ੍ਹਾਂ ਜਿਹੜੀਆਂ ਆਮ ਸਬਜ਼ੀ ਵਾਲਾ ਰੇਜਰ ਆ ਉਹਦੇ ਨਾਲ ਖੇਲਾਂ ਕੱਢ ਲੈਣੀਆਂ ਖੇਲਾਂ ਕੱਢ ਕੇ ਤੇ ਉੱਤੇ ਇਹ ਲਾ ਦੇਣਾ ਚੋਪਾ ਇਹਨੂੰ ਪਾਣੀ ਲਾ ਦੇਣਾ ਇੱਕ ਬੋਰੀ ਖਾਦ ਦੀ ਪਾਣੀ 45 ਦਿਨਾਂ ਬਾਅਦ ਪੱਟ ਹੋ ਜਾਣਾ ਜਿਹੜਾ ਕਹਿੰਦੇ ਨਾ ਜੀ ਲੋ ਕਾਸਟ ਵੈਜੀਟੇਬਲਸ ਉਹ ਇਹ ਉਹਦੇ ਵਿੱਚ ਆ ਜਾਂਦਾ ਪੰਡਾਂ ਦੇ ਵਿੱਚ ਆ ਜਾਂਦਾ ਬੀ ਲੱਗਣਾ ਤੁਹਾਡਾ ਲੋਈ ਲਗਣੀ ਹੈ 45 ਦਿਨ ਬਾਅਦ ਤੁਹਾਨੂੰ ਇਹਨੇ ਰਿਟਰਨ ਕਰ ਦੇਣਾ ਕੀ ਕਰਨਾ ਉਹ ਮੰਡੀ ਦਾ ਭਾਅ ਆ ਬਹੁਤ ਬਹੁਤ ਸ਼ੁਕਰੀਆ ਪਾਕਿਸਤਾਨ ਜ਼ਿੰਦਾਬਾਦ